ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਜਾਣਨ ਹੋਆ। ਸਾਰੀ ਸੰਗਤ ਕਰੋ ਕਿਰਪਾ, ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਜਾਣਨ। ਗੁਰੂ ਕੀ ਸੰਗਤ ਹੈਰਾਨਗੀ ਦੀ ਗੱਲ ਹੈ, ਮਗਰ ਤਿੰਨ ਕੁ ਬੱਚੇ ਰੌਲਾ ਪਾ ਰਹੇ ਨੇ, ਉਹਨਾਂ ਦੀ ਆਵਾਜ਼ ਜਿਹੜੀ ਸਾਨੂੰ ਸਾਰਿਆਂ ਨੂੰ ਪਰੇਸ਼ਾਨ ਕਰ ਰਹੀ ਹੈ। ਪਰ ਮੈਨੂੰ ਮਾਫ਼ ਕਰਿਓ, ਤੁਸੀਂ ਕਿੰਨੀ ਗਿਣਤੀ ਦੇ ਵਿੱਚ ਬੈਠੇ ਹੋ, ਮੈਂ ਬੋਲਣ ਵਾਸਤੇ ਕਹਿ ਰਿਹਾ, ਆਪ ਜੀ ਨੂੰ ਬੇਨਤੀ ਕਰ ਰਿਹਾ ਹੱਥ ਜੋੜ ਕੇ ਆਪ ਜੀ ਦੇ ਚਰਨਾਂ ਦੇ ਵਿੱਚ ਕਿ ਭਾਈ ਸਾਹਿਬ ਜੀ ਮੈਨੂੰ ਆਪ ਜੀ ਨੂੰ ਦੱਸਿਆ ਹੈ ਕਿ ਕਰੋ ਕਿਰਪਾ, ਜਿੰਨਾ ਸਮਾਂ ਵੀ ਬੈਠੇ ਹਾਂ ਨਾ, ਸਾਡੇ ਘੜੀਆਂ ਜਿਹੜੀਆਂ ਗੁਰੂ ਦੀ ਮਿੱਠੇ ਦੇ ਵਿੱਚ ਲੱਗ ਜਾਣ, ਸਾਰੀ ਸੰਗਤ ਉੱਚੀ ਆਵਾਜ਼ ਦੇ ਵਿੱਚ ਕਰੋ ਕਿਰਪਾ, ਇੰਨੀ ਕੁ ਗੱਲ ਬਣ ਜਾਵੇ ਕਿ ਜਿਹੜੇ ਤਿੰਨ ਚਾਰ ਬੱਚੇ ਮਗਰ ਰੌਲਾ ਪਾ ਰਹੇ ਨੇ ਉਹਨਾਂ ਦੀ ਆਵਾਜ਼ ਸਾਡੇ ਕੰਨਾਂ ਨੂੰ ਸੁਣਾਈ ਨਾ ਦੇਵੇ। ਆਓ ਸਾਰੀ ਸੰਗਤ ਕਰੋ ਕਿਰਪਾ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਜਾਣਨ ਹੋਆ। ਕਰੋ ਕਿਰਪਾ, ਸਤਿਗੁਰ ਮਿੱਟੀ ਧੁੰਦ ਜਗ ਜਾਣਨ ਹੋਆ। ਕਿਉਂ ਕਰ ਸੂਰਜ ਨਿਕਲਿਆ, ਕਿਉਂ ਕਰ ਸੂਰਜ ਅੰਧੇਰ ਪਲੋ ਆ,
ਸਾਰੀ ਸੰਗਤ ਕੋਈ ਵੀ ਰਸਨਾ